90.0 রেডিও ਪੰਜਾਬ ਸੁਣ ਰਹੇ ਹੋ ਤੁਸੀਂ ਤੇ ਇਸ ਵਕਤ ਵੇਖ ਵੀ ਰਹੇ ਹੋ রেডিও ਪੰਜਾਬ ਨੂੰ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਤੇ ਇਸ ਵਕਤ ਲੀਗਲ ਟਾਕਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਾਡੇ ਨਾਲ ਸ਼੍ਰੀ ਬਲਜਿੰਦਰ ਸਿੰਘ ਜੀ ਸਰ ਤੁਹਾਡਾ ਸਵਾਗਤ ਹੈ ਸੀਜੀਐਮ ਕਮ ਸੈਕਟਰੀ ਅਸ਼ੀਕਾ ਜੀ ਦਾਲਸਲੀ ਤੇ ਆ ਸਰ ਸਟੂਡੀਓ ਦੇ ਵਿੱਚ ਤੁਸੀਂ ਫਿਰ ਇੱਕ ਵਾਰੀ ਸ਼ਿਰਕਤ ਕੀਤੀ ਹੈ ਤੇ ਮੌਕਾ ਹੈਗਾ ਜੀ 3rd ਨੈਸ਼ਨਲ ਲੋਕਦਾਲਤ ਦਾ ਸਰ ਹਮੇਸ਼ਾ ਹੀ ਤੁਸੀਂ ਲੀਗਲ ਮੁੱਦਿਆਂ ਤੇ ਗੱਲ ਕਰਦੇ ਹੋ ਸਟੇਸ਼ਨ ਆ ਕੇ ਰੇਡੀਓ ਸਟੇਸ਼ਨ ਆ ਕੇ ਆਸ-ਪਾਸ ਦੀ ਕਮਿਊਨਿਟੀ ਨੂੰ ਤੁਸੀਂ ਅਵੇਅਰ ਕਰਦੇ ਹੋ ਲੀਗਲ ਮੁੱਦਿਆਂ ਤੇ ਸੋ ਇਸ ਵਾਰੀ ਜਿਹੜੀ 3rd ਨੈਸ਼ਨਲ ਲੋਕ ਅਦਾਲਤ ਹੈ ਉਹ ਪਹਿਲਾਂ ਤਾਂ ਕਿਸ ਤਰੀਕ ਨੂੰ ਹੋਣ ਜਾ ਰਹੀ ਹੈ ਤੇ ਇਹਦੇ ਵਿੱਚ ਕੀ ਕੁਝ ਰਹੇਗਾ ਵੈਸੇ ਹਮੇਸ਼ਾ ਹੀ ਮੁੱਦੇ ਤਾਂ ਉਹੀ ਹੁੰਦੇ ਆ ਬਟ ਤੁਸੀਂ ਕੀ ਅਵੇਅਰ ਕਰਨਾ ਚਾਹੁੰਦੇ ਹੋ ਮਿਤੀ 9 ਸਤੰਬਰ 2023 ਨੂੰ ਇਸ ਸਾਲ ਦੀ ਤੀਸਰੀ ਨੈਸ਼ਨਲ ਲੋਕ ਅਦਾਲਤ ਲੱਗਣ ਜਾ ਰਹੀ ਹੈ ਜੀ ਜਿਸ ਦੇ ਵਿੱਚ ਅਸੀਂ ਸਾਰੇ ਦਿਵਾਨੀ ਕੇਸ ਜੀ ਜਿਵੇਂ ਕਿ ਵਿਆਸਵੰਦੀ ਹੋਗੇ ਲੇਬਰ ਡਿਸਪਿਊਟਸ ਹੋਗੇ ਜੀ ਕੋਈ ਰੈਂਟ ਦਾ ਡਿਸਪਿਊਟ ਹੋ ਗਿਆ ਕਿਸੇ ਦਾ ਸਪੈਸਿਫਿਕ ਪਰਫਾਰਮੈਂਸ ਦਾ ਐਗਰੀਮੈਂਟ ਦਾ ਡਿਸਪਿਊਟ ਹੋ ਗਿਆ ਸਿਵਲ ਸੂਟ ਹੋਗੇ ਜਿਹੜੇ ਇਹ ਸਾਰੇ ਕੇਸ ਟੇਕ ਅਪ ਹੋਣਗੇ ਇਸ ਤੋਂ ਇਲਾਵਾ ਇੰਡਸਟਰੀਅਲ ਟ੍ਰਿਬਿਊਨਲ ਚ ਜਿਹੜੇ ਕੇਸ ਪੈਂਡਿੰਗ ਨੇ ਉਹ ਵੀ ਟੇਕ ਅਪ ਕੀਤੇ ਜਾਣਗੇ ਪਰਮਨੈਂਟ ਲੋਕ ਅਦਾਲਤ ਜਿਹੜੇ ਪਬਲਿਕ ਯੂਟਿਲਿਟੀ ਸਰਵਿਸਿਜ਼ ਦੇ ਕੇਸ ਨੇ ਉਹ ਉਹ ਵੀ ਟੇਕ ਅਪ ਕੀਤੇ ਜਾਣਗੇ ਈਵਨ ਕੰਜ਼ਿਊਮਰ ਫੋਰਮ ਦੇ ਵਿੱਚ ਵੀ ਅਸੀਂ ਇਸ ਵਾਰ ਬੈਂਚ ਲਗਾ ਰਹੇ ਹਾਂ ਜੀ ਸਾਰੇ ਕ੍ਰਿਮੀਨਲ ਕੇਸ ਜਿਹੜੇ ਕੰਪਾਉਂਡੇਬਲ ਨੇ ਜੀ ਕੰਪਾਉਂਡੇਬਲ ਮੀਨ ਜਿੰਨਾ ਚ ਰਾਜੀਨਾਮਾ ਹੋ ਸਕਦਾ ਐਸ ਪਰ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਰਾਈਟ ਜਿਵੇਂ 138 ਦੇ ਚੈੱਕ ਦੇ ਕੇਸ ਨੇ ਉਹ ਸਾਰੇ ਕੇਸ ਵੀ ਜਿੰਨਾ ਚ ਪਾਰਟੀਆਂ ਚਾਹੁੰਦੀਆਂ ਕਿ ਅਸੀਂ ਰਾਜੀਨਾਮਾ ਕਰੀਏ ਉਹ ਸਾਰੇ ਦੇ ਸਾਰੇ ਇਹ ਨੈਸ਼ਨਲ ਲੌਕਦਾਲ ਦੇ ਵਿੱਚ ਟੇਕ ਅਪ ਕੀਤੇ ਜਾਣਗੇ ਜੀ ਸਰ ਮੈਂ ਗੱਲ ਕਰਾਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੀ ਤੁਸੀਂ ਬੜਾ ਸਾਰਾ ਕੰਮ ਗਰਾਉਂਡ ਲੈਵਲ ਤੇ ਵੀ ਕਰ ਰਹੇ ਹੋ ਪਿੰਡਾਂ ਦੇ ਵਿੱਚ ਜਾਣਾ ਉੱਥੇ ਅਵੇਅਰ ਕਰਨਾ ਸੋ ਕੈਸਟਰਾਂ ਦਾ ਤੁਹਾਨੂੰ ਰਿਸਪੌਂਸ ਮਿਲਦਾ ਹੈ ਗਰਾਉਂਡ ਤੇ ਤੁਸੀਂ ਜਦ ਜਾਂਦੇ ਹੋ ਅ ਜਦੋਂ ਗਰਾਉਂਡ ਤੇ ਜਾਂਦੇ ਆ ਸਾਨੂੰ ਇਹ ਲੱਗਦਾ ਹੈ ਕਿ ਹਾਲੇ ਸਾਨੂੰ ਹੋਰ ਅਵੇਅਰਨੈਸ ਸਪਰੈਡ ਕਰਨ ਦੀ ਜ਼ਰੂਰਤ ਹੈ ਜੀ ਜਿਵੇਂ ਇੱਕ ਟੀਚਰ ਸਟੂਡੈਂਟ ਨੂੰ ਅੱਜ ਕੋਈ ਟੌਪਿਕ ਦੱਸ ਦਿੰਦਾ ਹੈ ਜੀ ਜੇ ਅਸੀਂ ਉਹਦੇ ਨਾਲ 15-20 ਦਿਨ ਬਾਅਦ ਦੁਬਾਰਾ ਗੱਲ ਕਰੀਏ ਤਾਂ ਉਹਨਾਂ ਦੇ ਪੰਜ ਸਟੂਡੈਂਟਸ ਨੂੰ ਦੱਸਿਆ ਤਾਂ ਇੱਕ ਸਟੂਡੈਂਟ ਉਹਦੇ ਚੋ ਕੋਈ ਨਾ ਕੋਈ ਗੱਲ ਭੁੱਲ ਜਾਂਦਾ ਹੈ ਰਾਈਟ ਉਸੇ ਤਰ੍ਹਾਂ ਇਹ ਇੱਕ ਕੰਟੀਨਿਊਸ ਪ੍ਰੋਸੈਸ ਚਾਹੀਦੀ ਆ ਮੇਰੇ ਹਿਸਾਬ ਦੇ ਨਾਲ ਕਿ ਅਸੀਂ ਲੋਕਾਂ ਨੂੰ ਲਗਾਤਾਰ ਵੇਅਰ ਕਰਦੇ ਰਹੀਏ ਕਿ ਜੇ ਤੁਹਾਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੇਵਾਵਾਂ ਮਿਲ ਸਕਦੀਆਂ ਨੇ ਤਾਂ ਤੁਸੀਂ ਉਹ ਸੇਵਾਵਾਂ ਜ਼ਰੂਰ ਲਓ ਰਾਈਟ ਕਿਉਂਕਿ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਕੰਮ ਹੀ ਇਹ ਹੈ ਕਿ ਅਸੀਂ ਮੁਫਤ ਕਾਨੂੰਨੀ ਸਹਾਇਤਾ ਮੁਫਤ ਕਾਨੂੰਨੀ ਸਲਾਹ ਜੀ ਤੇ ਦੋਨੋਂ ਤਰ੍ਹਾਂ ਦਾ ਆਪਸ ਦੇ ਵਿੱਚ ਰਾਈ ਨਾਮਾ ਕਰਾਉਣਾ ਚਾਹੇ ਉਹ ਅਸੀਂ ਲੋਕ ਅਦਾਲਤ ਰਾਹੀਂ ਕਰਾਈਏ ਜਾਂ ਮੀਡੀਏਸ਼ਨ ਰਾਹੀਂ ਕਰਾਈਏ ਰਾਈਟ ਇਹ ਦੋਨੋਂ ਮੋਡਸ ਨੇ ਆ ਸਾਹਮਣੇ ਲੋਕਾਂ ਦੀ ਮਰਜ਼ੀ ਹੈ ਵੀ ਕਿਸ ਤਰ੍ਹਾਂ ਦੇ ਤਰੀਕੇ ਨਾਲ ਉਹਨਾਂ ਨੇ ਰਾਜੀਨਾਮਾ ਕਰਨਾ ਹੈ ਪਰ ਸਾਡੇ ਵੱਲੋਂ ਦੋਨੋਂ ਆਪਸ਼ਨਸ ਓਪਨ ਰਹਿੰਦੀਆਂ ਨੇ ਜੀ ਸਰ ਤੁਸੀਂ ਹਮੇਸ਼ਾ ਇਹ ਦੱਸਦੇ ਹੁੰਦੇ ਹੋ ਕਿ ਨਾ ਸਿਰਫ ਨੈਸ਼ਨਲ ਲੋਕ ਅਦਾਲਤ ਜਿਹੜੀਆਂ ਲੱਗਦੀਆਂ ਨੇ ਉਸ ਤੋਂ ਇਲਾਵਾ ਵੀ ਇਸ ਤਰ੍ਹਾਂ ਦੇ ਜਿਹੜੇ ਅਦਾਲਤਾਂ ਆ ਸਮੇਂ-ਸਮੇਂ ਤੇ ਜਾਂ ਡੇਲੀ ਵੀ ਲੱਗਦੀਆਂ ਦੇਖੋ ਜਦੋਂ ਹੀ ਲੋਕ ਅਦਾਲਤ ਆਉਂਦੀ ਹੈ ਉਦੋਂ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੁਵਮਾ ਅਥਾਰਟੀ ਵੱਲੋਂ ਸਾਨੂੰ ਹਦਾਇਤਾਂ ਜਾਰੀ ਹੁੰਦੀਆਂ ਕਿ ਪ੍ਰੀ ਲੋਕ ਅਦਾਲਤਾਂ ਲਾਈਆਂ ਜਾਣ ਜੀ 30 ਮੀਨਜ਼ ਕਿ ਹਰ ਰੋਜ਼ ਜਾ ਜਾਂ ਆਪਣੀ ਸਹੂਲਤ ਦੇ ਅਨੁਸਾਰ ਅਦਾਲਤ ਜਿਸ ਦਿਨ ਮਰਜੀ ਉਹਨੂੰ ਪ੍ਰੀ ਲੋਕ ਅਦਾਲਤ ਲਗਾ ਲੇ ਮੰਨ ਲਓ ਅੱਜ ਦੋ ਧਿਰਾਂ ਦਾ ਰਾਜੀਨਾਮਾ ਹੋ ਰਿਹਾ ਹੈ ਜੀ ਉਹਨਾਂ ਨੂੰ ਵੇਟ ਕਰਨ ਦੀ ਜਰੂਰਤ ਨਹੀਂ ਹੈ ਕਿ ਮੈਂ 9 ਤਰੀਕ ਨੂੰ ਆਪਣਾ ਟੇਕ ਅਪ ਕਰਾਂ ਕੇਸ ਅੱਜ ਹੀ ਉਹਨਾਂ ਦਾ ਕੇਸ ਟੇਕ ਅਪ ਹੋਏਗਾ ਜੀ ਅੱਜ ਹੀ ਦੋਨੋਂ ਧਿਰਾਂ ਦਾ ਡਿਸਕਸ਼ਨ ਜਿਹੜੀ ਵੀ ਕੋਈ ਡਾਇਲੌਗ ਆਪਸ ਦੇ ਵਿੱਚ ਉਹਨਾਂ ਨੇ ਕਰਨਾ ਹੈ ਰਾਜੀਨਾਮਾ ਕਰਨਾ ਅੱਜ ਹੀ ਕਰ ਸਕਦੇ ਆ ਰਾਈਟ ਤੇ ਫॉर ਆਰਡਰਸ ਉਹ ਕੇਸ 9 ਸਤੰਬਰ ਨੂੰ ਰੱਖਿਆ ਜਾਂਦਾ ਰਾਈਟ ਤਾਂ ਕਿ ਉਨਤਿਰਾਂ ਦੀ ਜਿਹੜੀ ਕੋਰਟ ਫੀਸ ਹੈ ਉਹਨਾਂ ਨੂੰ ਵਾਪਸ ਕੀਤੀ ਜਾ ਸਕੇ ਨੈਸ਼ਨਲ ਲੋਕਦਾਲ ਦੇ ਵਿੱਚ ਕੇਸ ਲਗਵਾਉਣ ਦਾ ਫਾਇਦਾ ਇਹ ਵੀ ਹੈ ਕਿ ਦੋਨੋਂ ਧਿਰਾਂ ਨੇ ਜੇ ਕੋਈ ਕੋਰਟ ਫੀਸ ਅਦਾਲਤੀ ਫੀਸ ਲਗਾਈ ਹੁੰਦੀ ਹੈ ਤਾਂ ਉਹ ਅਦਾਲਤੀ ਫੀਸ ਉਹਨਾਂ ਨੂੰ ਵਾਪਸ ਕੀਤੀ ਜਾਂਦੀ ਹੈ ਰਾਈਟ ਇਹ ਤੁਸੀਂ ਹਮੇਸ਼ਾ ਹੀ ਦੱਸਦੇ ਹੋ ਕਿ ਜੇ ਇਹ ਜਿਹੜੇ ਮੁੱਦੇ ਨੇ ਆਪਸੀ ਝਗੜੇ ਦੇ ਜਾਂ ਚੈੱਕ ਬਾਉਂਸ ਤੁਸੀਂ ਦੱਸੇ ਤੇ ਕੰਪਾਉਂਡੇਬਲ ਆਏ ਗਏ ਤੁਸੀਂ ਦੱਸਿਆ ਸੋ ਇਹਨਾਂ ਮੁੱਦਿਆਂ ਦੇ ਵਿੱਚ ਜੇ ਕੋਈ ਸਲਾਹ ਜਾਂ ਸੁਲਾਹ ਹੋ ਜਾਂਦੀ ਹੈ ਤੇ ਉਹਦੇ ਬਾਅਦ ਜਿਹੜੀ ਫੀਸ ਵੀ ਹੈ ਜਿਹੜੀ ਲੱਗੀ ਹੈ ਫੀਸ ਤੇ ਬਾਕੀ ਸਾਰੇ ਖਰਚੇ ਉਹ ਵੀ ਮੋੜ ਦਿੱਤੇ ਜਾਂਦੇ ਆ ਜੀ ਇਹ ਲੋਕ ਅਦਾਲਤ ਦੀ ਇੱਕ ਤਰ੍ਹਾਂ ਦੀ ਨਾਈਸਟੀ ਹੈ ਇਸ ਲੈਜਿਲੇਸ਼ਨ ਦੀ ਕਿ ਮੰਨ ਲਓ ਅਸੀਂ ਮੈਂ ਇੱਕ ਐਗਜ਼ਾਮਪਲ ਦਿੰਦਾ ਹੁਣਾ ਕਿ ਜੇ ਤੁਸੀਂ ਕੋਈ ਕੇਸ ਫਾਈਲ ਕਰਨਾ ਹੈ ਮੰਨ ਲਓ ਕੋਰਟ ਦੇ ਵਿੱਚ ਜੀ ਹੋਏਗਾ ਕਿ ਸਭ ਤੋਂ ਪਹਿਲਾਂ ਵਕੀਲ ਨੂੰ ਅਪਰੋਚ ਕੀਤਾ ਜਾਂਦਾ ਹੈ ਰਾਈਟ ਵਕੀਲ ਕੀ ਸੁਣ ਕੇ ਉਹਦਾ ਜੀ ਕਿਸੇ ਡਰਾਫਟਸਮੈਨ ਕੋਲੇ ਸਟੈਨੋਗ੍ਰਾਫਰ ਕੋਲੇ ਉਹਨੂੰ ਭੇਜਦਾ ਵੀ ਆਹ ਪਟੀਸ਼ਨ ਡਰਾਫਟ ਕਰ ਲੈ ਰਾਈਟ ਫੇਰ ਉਹ ਪਟੀਸ਼ਨ ਕੋਰਟ ਦੇ ਵਿੱਚ ਪ੍ਰੈਜ਼ੈਂਟ ਹੋ ਜਾਂਦੀ ਹੈ ਜੀ ਉਹਦੇ ਤੇ ਕੋਰਟ ਫੀਸ ਲੱਗ ਜਾਂਦੀ ਹੈ ਰਾਈਟ ਫੇਰ ਦੂਸਰੀ ਤਰ ਨੂੰ ਸਮਨ ਹੁੰਦੇ ਨੇ ਜੀ ਮਤਲਬ ਚਾਰ ਸਟੈਪ ਹੋਗੇ ਪਹਿਲੇ ਸਟੈਪ ਤੇ ਜਦੋਂ ਵਕੀਲ ਕੋਲ ਜਾਏਗਾ ਉਹਨੇ ਆਪਣੀ ਫੀਸ ਲੈਣੀ ਆ ਕੰਸਲਟੈਂਟ ਫੀਸ ਜੀ ਫਿਰ ਸਟੈਮਨੋਗ੍ਰਾਫਰ ਨੇ ਆਪਣੀ ਟਾਈਪਿੰਗ ਚਾਰजेस ਵੀ ਲੈਣੇ ਆ ਜੀ ਫਿਰ ਨੰਬਰ 3 ਤੇ ਕੋਰਟ ਫੀਸ ਵੀ ਲੱਗੇਗੀ ਫਿਰ ਤਲਵਾਨਾ ਫੀਸ ਵੀ ਲੱਗਦੀ ਆ ਤਾਂ ਕਿ ਦੂਸਰੀ ਧਿਰ ਨੂੰ ਸਮਨ ਕੀਤਾ ਜਾ ਸਕੇ ਰਾਈਟ ਜੇ ਤੁਸੀਂ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਹੋ ਜੀ ਦਫਾ 12 ਦੇ ਅਧੀਨ ਲੀਗਲ ਸਰਵਿਸ ਅਥਾਰਟिटीज ਐਕਟ 1987 ਦੇ ਅਧੀਨ ਜੀ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਲੀਗਲ ਸਰਵਿਸ ਅਥਾਰਟੀ ਤੋਂ ਲੈ ਸਕਦੇ ਹੋ ਸਰ ਪਹਿਲਾ ਸਲਾਹ ਜੀ ਉਹ ਵੀ ਮੁਫਤ ਜੀ ਫਿਰ ਵਕੀਲ ਦੀ ਫੀਸ ਜੀ ਉਹ ਵੀ ਲੀਗਲ ਸਰਵਿਸ ਅਥਾਰਟੀ ਦੇਗੀ ਡਰਾਫਟਿੰਗ ਚਾਰजेस ਜਿੰਨੇ ਆਉਣਗੇ ਉਹ ਵੀ ਲੀਗਲ ਸਰਵਿਸ ਅਥਾਰਟੀ ਦੇਗੀ ਕੋਰਟ ਫੀਸ ਜਿੰਨੀ ਲੱਗੇਗੀ ਉਹ ਵੀ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਹੈਗੀ ਸਮਣਾਂ ਦਾ ਖਰਚਾ ਗਵਾਹਾਂ ਦਾ ਖਰਚਾ ਉਹ ਸਾਰਾ ਵੀ ਕਾਨੂੰਨੀ ਸੇਵਾਵਾਂ ਅਥਾਰਟੀ ਦੇਗੀ ਰਾਈਟ ਸਰ ਇੱਕ ਤੁਸੀਂ ਵਰਡ ਯੂਜ਼ ਕੀਤਾ ਜੇ ਤੁਸੀਂ एलिजिਬਲ ਹੋ ਤੇ ਇਹਦੇ ਚ एलिजिਬਿਲਟੀ ਦਾ ਕੀ ਕੀ ਪੁਆਇੰਟਸ ਨੇ ਕਿ ਸੈਕਸ਼ਨ 12 ਦਫਾ 12 ਇਹ ਕਹਿੰਦਾ ਹੈ ਕਿ ਕੋਈ ਵੀ ਆਦਮੀ ਜਿਸ ਦੀ ਆਮਦਨ 3 ਲੱਖ ਰੁਪਏ ਤੋਂ ਘੱਟ ਹੈ ਸਾਲਾਨਾ ਜੀ ਉਹ ਕਾਨੂੰਨੀ ਸੇਵਾਵਾਂ ਦਾ ਹੱਕਦਾਰ ਹੈ ਮੁਫਤ ਕਾਨੂੰਨੀ ਸੇਵਾਵਾਂ ਦਾ ਰਾਈਟ ਕੁਝ ਐਸੀਆਂ ਸ਼੍ਰੇਣੀਆਂ ਵੀ ਨੇ ਜਿਨ੍ਹਾਂ ਚ ਇਨਕਮ ਮੈਨੇ ਨਹੀਂ ਰੱਖਦੀ ਉਹਨਾਂ ਦੀ ਇਨਕਮ ਤੇ ਲੱਖ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਪਰ ਉਹ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਨਹੀਂ ਜਿਵੇਂ ਔਰਤਾਂ ਜੀ ਬੱਚੇ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ్రਾਈਬ ਇੰਡਸਟਰੀਅਲ ਵਰਕਰਮੈਨ ਬੇਗਾਰ ਦੇ ਮਾਰੇ ਹੋਏ ਜਾਂ ਜਿਵੇਂ ਡਾਇਜਾਸਟਰ ਦੇ ਮਾਰੇ ਹੋਏ ਜਿਵੇਂ ਫਲੱਡ ਵਿਕਟਮਸ ਹੋ ਗਏ ਪਿੱਛੇ ਜਿਵੇਂ ਆਪਾਂ ਨੂੰ ਸਾਰੇ ਅਸੀਂ ਪੰਜਾਬ ਦੇ ਵਿੱਚ ਵਿਟਨੈਸ ਕੀਤਾ ਉਹ ਮੈਨ ਮੇਡ ਵੀ ਹੋ ਸਕਦਾ ਡਾਇਜਾਸਟਰ ਵੈਸੇ ਵੀ ਕੋਈ ਨੇਚਰਲ ਡਾਇਜਾਸਟਰ ਵੀ ਹੋ ਸਕਦਾ ਇਹ ਸਾਰਿਆਂ ਦੇ ਵਿਕਟਮ ਇਰਿਸਪੈਕਟਿਵ ਆਫ देयर ਇਨਕਮ ਇਨਕਮ ਉਨ੍ਹਾਂ ਦੀ ਕਿੰਨੀ ਵੀ ਹੋਵੇ ਸਲਾਨਾ ਉਹ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਨੇ ਇੱਕ ਮੈਂ ਗੱਲ ਐਡ ਕਰਨੀ ਚਾਹੂੰਗਾ ਜੀ ਜਦੋਂ ਵੀ ਆਦਮੀ ਕੋਈ ਹਿਰਾਸਤ ਚ ਚਲਾ ਗਿਆ ਚਾਹੇ ਪੁਲਿਸ ਦੀ ਚਾਹੇ ਜੁਡੀਸ਼ੀਅਲ ਦੀ ਹਾਂਜੀ ਉਦੋਂ ਵੀ ਉਹ ਮੁਫਤ ਕਾਨੂੰਨੀ ਸੇਵਾਵਾਂ ਦਾ ਹੱਕਦਾਰ ਹੈ ਭਾਵੇਂ ਉਹਦੀ ਆਮਦਨ 3 ਲੱਖ ਰੁਪਏ ਤੋਂ ਜ਼ਿਆਦਾ ਹੋਵੇ ਰਾਈਟ ਜੇ ਤੁਸੀਂ ਦੱਸਿਆ ਕਿ ਜੇ ਐਕਸੈਪਸ਼ਨਲ ਹੈ ਇਹ ਜਿਹੜਾ ਤੁਸੀਂ ਲਾਸਟ ਦੇ ਵਿੱਚ ਦੱਸਿਆ ਪਹਿਲੀ ਸ਼੍ਰੇਣੀ ਨੂੰ ਛੱਡ ਕੇ ਸਾਰੀਆਂ ਐਕਸੈਪਸ਼ਨਸ ਨੇ ਰਾਈਟ ਜਿਵੇਂ ਆਪਾਂ 3 ਲੱਖ ਰੁਪਏ ਤੋਂ ਘੱਟ ਇਨਕਮ ਦੀ ਪਹਿਲੀ ਸ਼੍ਰੇਣੀ ਆ ਜੀ ਉਸ ਤੋਂ ਬਾਅਦ ਸਾਰੀਆਂ ਉਹਦੀਆਂ ਐਕਸੈਪਸ਼ਨਸ ਨੇ ਬੱਚੇ ਔਰਤਾਂ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ్రਾਈਬ ਇਹ ਸਾਰੀਆਂ ਉਹਦੀਆਂ ਐਕਸੈਪਸ਼ਨਸ ਨੇ ਰਾਈਟ ਜੀ ਸੋ ਜੇ ਤੁਸੀਂ ਇਹਦੇ 'ਚ ਆਉਂਦੇ ਹੋ eligibility ਤੁਹਾਡੀ ਬੰਦੀ ਹੈ ਤਾਂ ਡੈਫੀਨਿਟਲੀ ਤੁਹਾਨੂੰ ਸਾਰੇ ਖਰਚੇ ਮੋੜ ਦਿੱਤੇ ਜਾਂਦੇ ਆ ਅ ਇੱਥੇ ਮੈਂ ਤੁਹਾਨੂੰ ਹੋਰ ਥੋੜਾ ਐਡ ਕਰਾਂਗਾ ਮੋੜਨ ਦਾ ਤਾਂ ਅਸੀਂ ਮਤਲਬ ਉਹ ਕੁਐਸਚਨ ਹੀ ਨਹੀਂ ਰਾਈਜ਼ ਕਰਦੇ ਅੱਛਾ ਅਸੀਂ ਉਹ ਕੋਰਟ ਫੀਸ ਅਸੀਂ ਦਿੰਨੇ ਆ ਸਾਰੀ ਓਕੇ ਡਰਾਫਟਿੰਗ ਚਾਰजेस ਅਸੀਂ ਦਿੰਨੇ ਆ ਐਡਵਾਂਸ ਦਿੰਨੇ ਆ ਸਾਰੀਆਂ ਉਹ ਸਾਰਾ ਦਾ ਖਰਚ ਸਾਰਾ ਦਾ ਸਾਰਾ ਖਰਚਾ ਯੈਸ ਕਾਨੂੰਨੀ ਸੇਵਾ ਮਾਥੋਰਟੀ ਦੇ ਜੀ ਉਹੀ ਡਿਸਟ੍ਰਿਕਟ ਲੈਵਲ ਲੀਗਲ ਸਰਵਿਸ ਅਥੋਰਟੀ ਵੱਲੋਂ ਦਿੱਤਾ ਜਾਂਦਾ ਹੈ ਅండ్ ਸਰ ਗੱਲ ਕਰੀਏ ਇਸ ਵਾਰੀ ਦੇ 3 ਜਿਹੜੀ ਨੈਸ਼ਨਲ ਲੋਕ ਅਦਾਲਤ ਲੱਗਣ ਵਾਲੀ ਹੈ ਜੀ ਸੋ ਇਹਨੂੰ ਲੈ ਕੇ ਕਿਸ ਤਰ੍ਹਾਂ ਦੀ ਪ੍ਰੈਪਰੇਸ਼ਨਸ ਜਾਂ ਕਿਸ ਤਰ੍ਹਾਂ ਦਾ ਕੰਮ ਤੁਸੀਂ ਵੈਸੇ ਵੀ ਦੱਸਿਆ ਕਿ ਗਰਾਊਂਡ ਤੇ ਤੁਸੀਂ ਜਾ ਹੀ ਰਹੇ ਹੋ ਬੜਾ ਸਾਰਾ ਕੰਮ ਗਰਾਊਂਡ ਤੇ ਵੀ ਕਰ ਰਹੇ ਹੋ ਤੁਸੀਂ ਸਟੇਸ਼ਨ ਵੀ ਆਏ ਹੋ ਇਹਨੂੰ ਅਵੇਅਰ ਕਰਨ ਵਾਸਤੇ ਕਮਿਊਨਿਟੀ ਨੂੰ ਅਵੇਅਰ ਕਰਨ ਵਾਸਤੇ ਸੋ ਹੋਰ ਕਿਸ ਤਰ੍ਹਾਂ ਦੀ ਪ੍ਰੈਪਰੇਸ਼ਨਸ ਆਪਣੇ ਚਲਾਈ ਜਾ ਰਹੀਆਂ ਅਸੀਂ ਸਾਰੀਆਂ ਬੈਂਕਾਂ ਜੀ ਇੰਸ਼ੋਰੈਂਸ ਕੰਪਨੀਆਂ ਜੀ ਸਰਕਾਰੀ ادارے ਜੀ ਪ੍ਰਾਈਵੇਟ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਜੀ ਆਮ ਪਬਲਿਕ ਜੀ ਜਿੰਨੇ ਲੋਕਾਂ ਦੇ ਕੇਸ ਹਾਲੀ ਅਦਾਲਤ ਚ ਗਏ ਨਹੀਂ ਹੈ ਬਟ ਉਹ ਇੱਕ ਵਾਰੀ ਪ੍ਰੋਬਲਮ ਆ ਚੁੱਕੀ ਆ ਕੱਲ ਨੂੰ ਜਾਏਗਾ ਉਹ ਕੇਸ ਉਹ ਸਾਰਿਆਂ ਨੂੰ ਕਿਹਾ ਕਿ ਤੁਸੀਂ ਪ੍ਰੀ ਲਿਟੀਗੇਟਿਵ ਕੇਸ ਸਾਡੇ ਕੋਲ ਲੈ ਕੇ ਆਓ ਰਾਈਟ ਸਾਡੇ ਕੋਲੇ ਕਰੀਬ 6000 ਪ੍ਰੀ ਲਿਟੀਗੇਟਿਵ ਕੇਸ ਜਿਹੜੇ ਹਜੇ ਅਦਾਲਤ ਚ ਨਹੀਂ ਗਏ ਉਹ ਆ ਚੁੱਕੇ ਨੇ ਰਾਈਟ ਪਬਲਿਕ ਨੇ ਜਿਹੜੇ ਜਾਂ ਬੈਂਕਸ ਬੈਂਕਾਂ ਨੇ ਜਿਨ੍ਹਾਂ ਨੇ ਕੱਲ ਨੂੰ ਕੇਸ ਫਾਈਲ ਕਰਨਾ ਹੀ ਕਰਨਾ ਉਹ ਸਾਰੇ ਕੇਸ ਸਾਡੇ ਕੋਲੇ ਅੱਜ ਪਹੁੰਚ ਚੁੱਕੇ ਨੇ ਜੀ ਤੇ ਉਹਨਾਂ ਦੇ ਵਿੱਚੋਂ ਜੇ ਅਸੀਂ 30% ਵੀ ਸੈਟਲ ਕਰ ਦਿੰਦੇ ਆ ਜੀ ਤਾਂ ਇੱਕ ਪੋਟੈਂਸ਼ੀਅਲ ਲਿਟੀਗੈਂਟ ਨੂੰ ਅਦਾਲਤ ਚਾਹੁੰਦੀ ਲੋਡ ਹੀ ਨਹੀਂ ਪੈਗੀ ਰਾਈਟ ਜਿਹੜਾ ਕੇਸ ਕੱਲ ਨੂੰ 5 ਸਾਲ ਚੱਲਣਾ ਉਹ ਕੇਸ ਅੱਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ ਰਾਈਟ ਦੂਸਰਾ ਸੀ ਜਿਨ੍ਹਾਂ ਦੇ ਕੇਸ ਪੈਂਡਿੰਗ ਪਏ ਨੇ ਜੀ ਉਹਨਾਂ ਨੂੰ ਵੀ ਅਪੀਲ ਕਰ ਰਹੇ ਆ ਕਿ ਤੁਸੀਂ ਲੋਕਦਾਲ ਤੇ ਵਿੱਚ ਇੱਕ ਵਾਰ ਕੇਸ ਆਪਣਾ ਟੇਕ ਅਪ ਕਰਾਓ ਜੀ ਤੇ ਜੇ ਤੁਹਾਡੀ ਸੈਟਲਮੈਂਟ ਹੋ ਸਕਦੀ ਹੈ ਤਾਂ ਦੋਨੋਂ ਧਿਰਾਂ ਜਿੱਤ ਕੇ ਜਾਓਗੇ রাইਟ ਆਦਰਵਾਈਜ਼ ਅਦਾਲਤ ਦਾ ਫੈਸਲਾ ਇੱਕ ਧਿਰ ਨੂੰ ਪ੍ਰਵਾਨ ਹੁੰਦਾ ਹੈ ਦੂਜੀ ਧਿਰ ਉਹਦੀ ਅਪੀਲ ਕਰਦੀ ਹੈ রাইਟ ਜਿਹੜੀ ਧਿਰ ਅਪੀਲ ਕਰਦੀ ਹੈ ਮੰਨ ਲਓ ਉਹਦੇ ਹੱਕ ਚ ਉੱਪਰ ਲ ਉਪਰਲੀ ਅਦਾਲਤ ਕਰ ਦਿੰਦੀ ਹੈ ਤਾਂ ਦੂਸਰੀ ਧਿਰ ਫਿਰ ਉਸ ਉਪਰਲੀ ਅਦਾਲਤ ਜਾਣ ਦੀ ਹੱਕਦਾਰ ਹੁੰਦੀ ਹੈ ਇਸ ਲਈ ਇੱਕ ਫੋਰਮ ਚੇਂਜ ਹੁੰਦੀ ਹੈ ਜੀ ਪਰੰਤੂ ਜਦੋਂ ਤੁਸੀਂ ਲੋਕਦਾਲ ਚ ਫੈਸਲਾ ਕਰ ਲੈਂਦੇ ਹੋ ਫਿਰ ਤੁਹਾਡੀ ਫੋਰਮ ਨਹੀਂ ਚੇਂਜ ਹੁੰਦੀ ਪਰਮਾਨੈਂਟਲੀ ਤੁਹਾਡਾ ਕੇਸ ਡਿਸਾਈਡ ਹੋ ਜਾਂਦਾ ਉਹਦਾ ਫੈਸਲਾ ਹੋ ਜਾਂਦਾ ਜਿੱਦੀ ਕੋਈ ਅਪੀਲ ਨਹੀਂ ਹੈ ਜੀ ਕੋਈ ਰਿਵੀਜ਼ਨ ਨਹੀਂ ਹੈ ਮਤਲਬ ਜਿਹੜਾ ਜਿਹੜਾ ਫੈਸਲਾ ਤੁਸੀਂ ਰਲ ਕੇ ਮਿਲ ਕੇ ਕਰ ਲਿਆ ਤੇ ਸਲਾਹ ਨਾਲ ਸਲਾਹ ਨਾਲ ਕਰ ਲਿਆ ਉਹ ਅੰਤਮ ਹੈ ਉਹ ਵਿਨ-ਵਿਨ ਸਿਚੁਏਸ਼ਨ ਕਰਕੇ ਤੁਹਾਡਾ ਅੰਤਮ ਹੋਏਗਾ ਜੀ ਸਰ ਗੱਲ ਕਰੀਏ ਅਸੀਂ ਪਿਛਲੀ ਨੈਸ਼ਨਲ ਕੋਰਟ ਅਦਾਲਤ ਦੀ ਕਿਉਂਕਿ ਇਹ ਬੜਾ ਸਾਰਾ ਕੰਮ ਉਦੋਂ ਵੀ ਤੁਸੀਂ ਅਵੇਅਰਨੈਸ ਦਾ ਵੀ ਕੀਤਾ ਤੇ ਬੜਾ ਸਾਰਾ ਜਿਹੜੇ ਕੇਸਸ ਸੀਗੇ ਪੈਂਡਿੰਗ ਕੇਸਸ ਵੀ ਨਿਪਟਾਏ ਗਏ ਸੋ ਉਹਨੂੰ ਲੈ ਕੇ ਜੇ ਕੁਝ ਅਸੀਂ ਸ਼ੇਅਰ ਕਰ ਸਕਦੇ ਹਾਂ ਲੋਕਾਂ ਨਾਲ ਪਿਛਲੇ ਵਾਰੀ ਅਸੀਂ 17000 ਤੋਂ ਜ਼ਿਆਦਾ ਕੇਸ ਟੈਕ ਅਪ ਕੀਤੇ ਸੀ ਜੀ 11368 ਕੇਸ ਜੀ ਉਸ ਲੋਕ ਅਦਾਲਤ ਦੇ ਵਿੱਚ ਡਿਸਪੋਜ਼ ਆਫ ਹੋਏ ਸੋ ਇੱਕ ਵੱਡਾ ਨੰਬਰ ਹੈ ਸਰ ਬਹੁਤ ਵੱਡਾ ਨੰਬਰ ਹੈ ਜੀ ਇਹਦੇ ਜੋ ਵੀ ਕਰੀਬ 5000 ਦੇ ਕਰੀਬ ਪ੍ਰੀ ਲਿਟੀਗੇਟਿਵ ਸੀ ਜਿਨ੍ਹਾਂ ਨੇ ਕੱਲ ਨੂੰ ਹੱਲੇ ਅਦਾਲਤ ਦੇ ਵਿੱਚ ਆਉਣਾ ਸੀ ਰਾਈਟ ਉਹ ਸਾਰੇ ਦੇ ਸਾਰੇ ਕੇਸ ਅਸੀਂ ਅਦਾਲਤ ਚ ਆਉਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੇ ਜੀ ਤਾਂ ਕਿ ਕੱਲ ਨੂੰ ਪੈਂਡੈਂਸੀ ਰਾਈਜ਼ ਹੀ ਨਾ ਹੋਵੇ ਜੀ ਰਾਇਟ ਸਰ ਸਰ ਇੱਕ ਨੰਬਰ ਵੀ ਹੈ ਤੁਸੀਂ ਹਮੇਸ਼ਾ ਲੋਕਾਂ ਲਈ ਛੱਡ ਕੇ ਜਾਂਦੇ ਹੋ ਉਹਨਾਂ ਨੂੰ ਦੱਸਦੇ ਹੁੰਦੇ ਹੋ ਸੋ ਕਿਹੜੇ ਨੰਬਰਾਂ ਤੇ ਇਹਨੂੰ ਲੈ ਕੇ ਨੈਸ਼ਨਲ ਲੋਕ ਅਦਾਲਤ ਨੂੰ ਲੈ ਕੇ ਜੇ ਕੋਈ ਕੁਆਰੀ ਹੈ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦਾ ਟੋਲ ਫਰੀ ਨੰਬਰ ਹੈ 1968 1968 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਕੋਈ ਹੋਰ ਵੀ ਨੰਬਰ ਹੈ ਜਿਹਦੇ ਤੇ ਕਾਲ ਕੀਤਾ ਜਾ ਸਕਦਾ ਨਾਲ ਸਾ ਦਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਥਾਰਟੀ ਦਾ ਨੰਬਰ ਹੈ 15100 15100 1968 ਤੇ 15100 ਤੇ ਤੁਸੀਂ ਕਾਲ ਕਰਕੇ ਆਪਣੀ ਜਿਹੜੀ ਕੁਆਰੀ ਹੈ ਕੋਈ ਵੀ ਤੁਹਾਨੂੰ ਡਾਊਟ ਹੈ ਉਹ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਤੇ ਤੁਹਾਨੂੰ ਉਹਦਾ ਜਵਾਬ ਵੀ ਦਿੱਤਾ ਜਾਏਗਾ ਐਂਡ ਸਰ ਜੇ ਕੋਈ ਤੁਹਾਡੇ ਤੱਕ ਰੀਚ ਕਰਨਾ ਚਾਹੁੰਦਾ ਹੈ ਕਿਉਂਕਿ ਹਮੇਸ਼ਾ ਤੁਸੀਂ ਦੱਸ ਦਿਓ ਕਿ ਜੇ ਕੋਈ ਇਦਾਂ ਦੀ ਗੱਲ ਹੈ ਜਿਹੜੀ ਤੁਹਾਨੂੰ ਸ਼ਾਇਦ ਤੁਸੀਂ ਡਾਊਟ ਦੇ ਵਿੱਚ ਹੋ ਜਾਂ ਤੁਹਾਡੀ ਕੋਈ ਇਦਾਂ ਦੀ ਪ੍ਰੋਬਲਮ ਹੈ ਜੀ ਦਾ ਸੋਲੂਸ਼ਨ ਨਹੀਂ ਮਿਲ ਰਿਹਾ ਸੋ ਤੁਹਾਡੇ ਤੱਕ ਵੀ ਪਹੁੰਚਿਆ ਜਾ ਸਕਦਾ ਹੈ ਮੇਰਾ ਦਫਤਰ ਅਦਾਲਤ ਦੇ ਵਿੱਚ ਜੀ ਸੈਕਟਰ 77 ਚ ਡਿਸਟ੍ਰਿਕਟ ਕੋਰਟ ਦੇ ਵਿੱਚ ਰਾਈਟ ਗਰਾਉਂਡ ਫਲੋਰ ਤੇ ਪਹਿਲਾ ਦਫ਼ਤਰ ਮੇਰਾ ਆਏਗਾ ਜਦੋਂ ਤੁਸੀਂ ਪਬਲਿਕ ਸਾਈਟ ਤੋਂ ਐਂਟਰੀ ਕਰੋਗੇ ਉਹਦੇ ਤੇ ਲਿਖਿਆ ਆਏਗਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਐਸ ਨਗਰ ਤਾਂ ਉੱਤੇ ਉੱਥੇ ਪਹੁੰਚ ਕੇ ਤੁਹਾਡੇ ਫਰੰਟ ਆਫਿਸ ਦੇ ਵਿੱਚ ਤੁਸੀਂ ਮਿਲ ਲੈਣਾ ਜੀ ਉੱਥੇ ਤੁਹਾਨੂੰ ਫਰੰਟ ਆਫਿਸ ਕੋਆਰਡੀਨੇਟਰ 딜 ਕਰੇਗਾ ਜੀ ਇੱਕ ਉੱਥੇ ਵਕੀਲ ਜਿਨ੍ਹਾਂ ਨੂੰ ਅਸੀਂ ਰਿਟੇਨਰ ਐਡਵੋਕੇਟ ਕਹਿੰਦੇ ਆ ਜੀ ਉਹ ਤੁਹਾਡੀ ਮੁਸ਼ਕਿਲ ਨੂੰ ਹੱਲ ਕਰਨਗੇ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਉਸ ਤੋਂ ਬਾਅਦ ਮੇਰੇ ਦਫ਼ਤਰ ਆ ਸਕਦੇ ਹੋ ਰਾਈਟ ਸਰ ਤੇ ਇਹ ਇਹ ਗੱਲਾਂ ਸੀਗੀਆਂ ਸਰ ਥਰਡ ਨੈਸ਼ਨ ਲੋਕ ਅਦਾਲਤ ਜਿਹੜੀ ਕਿ ਹੋਣ ਜਾ ਰਹੀ ਹੈ ਸਤੰਬਰ 9 ਨੂੰ ਤੇ ਤੁਹਾਡਾ ਇੱਕ ਸਨੇਹਾ ਤੁਹਾਡਾ ਮੈਸੇਜ ਜਿਹੜਾ ਕਿ ਹਮੇਸ਼ਾ ਹੀ ਲੋਕਾਂ ਲਈ ਰਹਿੰਦਾ ਹੈ ਉਹ ਕੀ ਹੋਏਗਾ ਇਸ ਵਾਰੀ ਮੇਰਾ ਮੈਸੇਜ ਲੋਕਾਂ ਲਈ ਇਹੀ ਹੋਏਗਾ ਕਿ 9 ਸਤੰਬਰ ਜੀ 2023 ਨੂੰ ਜਿਹੜੀ ਲੋਕ ਅਦਾਲਤ ਲੱਗਣੀ ਹੈ ਉਹਦੇ ਚ ਅਸੀਂ ਕੋਸ਼ਿਸ਼ ਕਰੀਏ ਕਿ ਜਿੰਨੇ ਸਾਡੇ ਕੇਸ ਜੀ ਸਮਝੌਤਾਜੋਗ ਹਨ ਤੇ ਸਾਡੀ ਇੱਛਾ ਵੀ ਹੈ ਕਿ ਜੇ ਅਸੀਂ ਇਸ ਕੇਸ ਦਾ ਫੈਸਲਾ ਕਰ ਲਈਏ ਜੀ ਤਾਂ ਸਾਰੇ ਦੇ ਸਾਰੇ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਟੇਕ ਅਪ ਕਰਾਓ ਤੇ ਸੈਟਲ ਕਰਾਓ ਰਾਈਟ ਤੇ ਸਾਡੀ ਇਹ ਜਿਹੜੀ ਕੋਸ਼ਿਸ਼ ਹੋਏਗੀ ਕਿ ਤੁਹਾਡਾ ਕੋਰਟ ਫੀਸ ਵੀ ਵਾਪਸ ਮਿਲੇ ਤੁਹਾਨੂੰ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਦੇਸ਼ ਦੀ ਤਰੱਕੀ ਲਈ ਲਗਾਉਣਾ ਹੈ ਉਹ ਅਦਾਲਤ 'ਚ ਵੇਸਟ ਨਾ ਕਰੋ ਇਹ ਸਾਡੀ ਕੋਸ਼ਿਸ਼ ਰਹੇਗੀ ਦੋਨੋਂ ਤਰ੍ਹਾਂ ਵਨ-ਵਨ ਸਿਚੁਏਸ਼ਨ ਨਾਲ ਅਦਾਲਤ ਦੇ ਵਿੱਚੋਂ ਜਿੱਤ ਕੇ ਜਾਓ ਰਾਈਟ ਸਰ ਸਰ ਬਹੁਤ ਸ਼ੁਕਰੀਆ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਲਈ ਤੇ ਇੰਨੀ ਜਿਹੜੀ ਲੀਗਲ ਜਾਣਕਾਰੀ ਤੁਸੀਂ ਹਮੇਸ਼ਾ ਹੀ ਦਿੰਦੇ ਹੋ ਇਹ ਦੇਣ ਲਈ ਲੋਕਾਂ ਨੂੰ ਨੈਸ਼ਨਲ ਤੀਜੀ ਨੈਸ਼ਨਲ ਲੋਕ ਅਦਾਲਤ ਬਾਰੇ ਐਨਐਸ ਅਵੇਅਰ ਕਰਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ